ਦੋਸਤੋ ਇੱਕ ਵਕਤ ਸੀ ਜਦੋਂ ਸ਼ਰਾਬ ਨੂੰ ਬਹੁਤ ਵੱਡਾ ਨਸ਼ਾ ਮੰਨਿਆ ਜਾਂਦਾ ਸੀ ਉੱਤੇ ਫਿਲਮਾਂ ਬਣਦੀਆਂ ਸੀ ਚੁਟਕਲੇ ਬਣਦੇ ਸੀ ਓ ਮਾਈ ਗੋਡ ਚੁਟਕਲੇ ਤੋਂ ਮੈਨੂੰ ਇੱਕ ਚੁਟਕਲਾ ਯਾਦ ਆਇਆ ਇੱਕ ਸ਼ਰਾਬੀ ਡਾਕਟਰ ਕੋ ਗਿਆ ਤੇ ਕਹਿਣ ਲੱਗਾ ਡਾਕਟਰ ਸਾਹਿਬ ਮੇਰੀ ਸ਼ਰਾਬ ਛੁੜਾ ਦਿਓ ਡਾਕਟਰ ਨੇ ਉਹਨੂੰ ਦਵਾਈ ਦਿੱਤੀ ਤੇ ਇੱਕ ਮਹੀਨੇ ਬਾਅਦ ਆਉਣ ਨੂੰ ਕਿਹਾ ਇੱਕ ਮਹੀਨੇ ਬਾਅਦ ਉਹ ਸ਼ਰਾਬੀ ਇੱਕ ਹੋਰ ਬੰਦੇ ਨੂੰ ਨਾਲ ਲੈ ਕੇ ਗਿਆ ਡਾਕਟਰ ਨੇ ਪੁੱਛਿਆ ਸ਼ਰਾਬ ਛੱਡ ਦਿੱਤੀ ਕਹਿੰਦਾ ਹਾਂਜੀ ਛੱਡ ਦਿੱਤੀ ਕਹਿੰਦੇ ਪੱਕਾ ਛੱਡ ਦਿੱਤੀ ਕਹਿੰਦਾ ਹਾਂਜੀ ਛੱਡ ਦਿੱਤੀ ਪਰ ਜੇ ਕੋਈ ਜ਼ੋਰ ਪਾਵੇ ਫਿਰ ਮੈਂ ਪੀ ਲੈਣਾ ਡਾਕਟਰ ਨੇ ਕਿਹਾ ਅੱਛਾ ਸ਼ਾਬਾਸ਼ ਤੇ ਇਹ ਬੰਦਾ ਨਾਲ ਕੌਣ ਹੈ ਕਹਿੰਦਾ ਇਹ ਮੈਂ ਜ਼ੋਰ ਪਾਉਣ ਲਈ ਰੱਖਿਆ ਡਾਕਟਰ ਉੱਥੇ ਦੇ ਉੱਥੇ ਬੇਹੋਸ਼ ਹੋ ਗਿਆ ਇਹ ਤਾਂ ਸੀ ਮਜ਼ਾਕ ਦੀ ਗੱਲ ਪਰ ਹੁਣ ਦੋਸਤੋ ਸ਼ਰਾਬ ਨੂੰ ਨਸ਼ਾ ਮੰਨਦੇ ਨਹੀਂ ਕਿਉਂਕਿ ਹੋਰ ਬੜੇ ਸਿੰਥੈਟਿਕ ਨਸ਼ੇ ਆ ਗਏ ਨੇ ਅੱਜ ਆਪਾਂ ਗੱਲਬਾਤ ਕਰਾਂਗੇ ਕਿਵੇਂ ਸ਼ਰਾਬ ਤੇ ਇਹਨਾਂ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਇਸ ਵਿਸ਼ੇ ਤੇ ਪੂਰੀ ਜਾਣਕਾਰੀ ਦੇਣਗੇ ਵਰਦਾਨ ਆਯੁਰਵੈਦਿਕ ਤੇ ਹਰਬਲ ਮੈਡੀਸਨ ਪ੍ਰਾਈਵੇਟ ਲਿਮਿਟਿਡ ਦੇ ਐਮ ਡੀ ਮਿਸਟਰ ਸੁਭਾਸ਼ ਗੋਲ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਗੋਇਲ ਸਾਹਿਬ ਸਤਿ ਸ਼੍ਰੀ ਅਕਾਲ ਮੈਡਮ ਸਾਰੇ ਦਰਸ਼ਕ ਜਿੰਨੇ ਵੀ ਆਪਣੇ ਅੱਜ ਪ੍ਰੋਗਰਾਮ 'ਚ ਹਾਜ਼ਰ ਨੇ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਨਿੱਘੀ ਬਹੁਤ ਹੀ ਪਿਆਰ ਭਰੀ ਬਹੁਤ ਹੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੋਲ ਸਾਹਿਬ ਮੈਂ ਨਾ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਨ ਆਈ ਹਾਂ ਜੀ ਅ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਪਰ ਸ਼ਰਾਬ ਇੱਕ ਐਸਾ ਨਸ਼ਾ ਹੈ ਜਿਹਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਜੀ ਤੁਹਾਡੇ ਕੋਲ ਤਾਂ ਬਹੁਤ ਸਾਰੇ ਲੋਕ ਆਂਦੇ ਹੋਣੇ ਆ ਤੁਹਾਨੂੰ ਨਾਲ ਉਹਨਾਂ ਦਾ ਰਾਬਤਾ ਵੀ ਪੈਂਦਾ ਹੈ ਤੇ ਮੈਨੂੰ ਇਹ ਦੱਸੋ ਕਿ ਸ਼ਰਾਬ ਪੀਣ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਤੇ ਉਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ ਬਿਲਕੁਲ ਮੈਡਮ ਤੁਹਾਡਾ ਜਿਹੜਾ ਸਵਾਲ ਹੈ ਇਹ ਇਹ ਵਾਜਬ ਹੈ ਇੱਕ ਬੱਡੀ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਸ਼ਰਾਬ ਪੀਣ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ ਸ਼ੁਰੂਆਤ ਹੁੰਦੀ ਹੈ ਯੰਗ এজ ਦੇ ਵਿੱਚ ਜਦੋਂ ਇੱਕ ਨਾ میٹرਿਕ ਦਾ ਟਾਈਮ ਹੁੰਦਾ ਕਿ ਆਪਾਂ میٹرਿਕ ਦੇ ਪੇਪਰ ਦੇ ਦਿੱਤੇ ਬੱਚੇ 2 3 4 ਮਹੀਨੇ ਲਈ ਫ੍ਰੀ ਹੋ ਗਏ ਜੀ ਜਿਨ੍ਹਾਂ ਦੇ ਸੰਸਕਾਰ ਤੇ ਬਹੁਤ ਗੁੱਡ ਹੁੰਦੇ ਆ ਉਹ ਬੱਚੇ ਕਾਮਾਕਾਰਾਂ ਚ ਲੱਗ ਜਾਂਦੇ ਆ 2 3 ਮਹੀਨੇ ਕੋਈ ਨਾ ਕੋਈ ਕੰਮ ਸਿੱਖ ਲੈਂਦੇ ਆ ਤੇ ਕਈ ਬੱਚੇ ਹੁੰਦੇ ਆ ਜਿਹੜੇ ਉਹ ਥੋੜਾ ਜਿਹਾ ਵਿਲੇ ਹੋ ਜਾਂਦੇ ਆ ਉਹਨਾਂ ਨੂੰ ਆਉਂਦਾ ਹੁਣ ਅਸੀਂ ਫਰੀ ਆ ਜਦ ਤੱਕ ਰਿਜ਼ਲਟ ਨਹੀਂ ਆਉਂਦਾ ਹਾਂਜੀ ਉਹ ਇੱਕ ਪੀਰੀਅਡ ਹੁੰਦਾ ਹਾਂ ਉਦੋਂ ਫਿਰ ਉਹ ਕਈ ਵਾਰੀ ਕਈ ਫਾਦਰ ਕਹਿੰਦੇ ਲੈ ਪੁੱਤ ਫੜ ਕੇ ਪਊਆ ਉਹਨੂੰ ਮਤਲਬ ਜੇ ਹੁਣ ਤੁਸੀਂ ਬੱਚੇ ਨੂੰ ਗੁਰਦੁਆਰੇ ਭੇਜੋਗੇ ਬੱਚੇ ਨੂੰ ਮੰਦਿਰ ਭੇਜੋਗੇ ਬੱਚੇ ਨੂੰ ਜਿੱਧਰ ਵੀ ਭੇਜੋਗੇ ਉਹਦੀ ਉਹੋ ਜੀ ਨੇਚਰ ਬਣੂਗੀ ਤੇ ਜੇ ਉਹਨੂੰ ਤੁਸੀਂ ਪਊਆ ਲੈਣ ਭੇਜੋਗੇ ਇਟ ਮੀਨ ਜੋ ਉਹਦਾ ਠੇਕੇ ਵੱਲ ਨੂੰ ਰਾਹ ਖੁੱਲ ਗਿਆ ਜੀ ਜੀ ਉਹ ਮਤਲਬ ਉਹਦੇ ਲਈ ਜਾਣਾ ਸੌਖਾ ਹੋ ਗਿਆ ਤਾਂ ਉੱਥੇ ਜਾ ਕੇ ਉਹ ਫਿਰ ਹੌਲੀ ਹੌਲੀ ਉਹ ਦੇਖਦਾ ਵੀ ਬਾਪੂ ਰੋਜ਼ ਮੰਗਾਉਂਦਾ ਇਹ ਜਾਇਚ ਕੀ ਆ ਫਿਰ ਉਹ ਕਦੇ ਉਹਦੇ ਬਾਅਦ ਚੋਰੀ ਛੁਪੇ ਉਹ ਕੱਢ ਕੇ ਭੋਰਕ ਪੀ ਲੈਂਦਾ ਹਾਂ ਫਿਰ ਉਹ ਚੋਂ ਨਾ ਪਾਣੀ ਪਾ ਕੇ ਰੱਖ ਵੀ ਦਿੰਦਾ ਵੀ ਪਤਾ ਨਾ ਲੱਗ ਜੇ ਬਾਪੂ ਨੂੰ ਹਾਂਜੀ ਤੇ ਉਹ ਹੌਲੀ ਹੌਲੀ ਐਸਾ ਸ਼ੁਰੂ ਹੁੰਦਾ ਹੈ ਇੱਕ ਦਿਨ ਫਿਰ ਉਹ ਬਾਪੂ ਨੂੰ ਕਹਿਣ ਲੱਗ ਜਾਂਦਾ ਮੜਾ ਜਾਂ ਹਿੰਟ ਦੇਣ ਲੱਗ ਜਾਂਦਾ ਫਿਰ ਬਾਪੂ ਵੀ ਗਲਾਸ ਭਰ ਕੇ ਦੇ ਦਿੰਦਾ ਵੀ ਲੈ ਪੁੱਤ ਲਾ ਲੈ ਪਤਾ ਉਦੋਂ ਲੱਗਦਾ ਹੈ ਜਦੋਂ ਇੱਕ ਮੱਖੀ ਸ਼ਹਿਦ ਵਿੱਚ ਆਪਣੇ ਪੰਖ ਲਵੇੜ ਬੈਠਦੀ ਹੈ ਬਹੁਤ ਲੋਕਾਂ ਨੇ ਇਹ ਕਹਾਣੀ ਸੁਣੀ ਹੈ ਵੀ ਜਦੋਂ ਪੰਖ ਪਹਿਲਾਂ ਤਾਂ ਉਹਨੂੰ ਬੜਾ ਸ਼ਹਿਦ ਮਿੱਠਾ ਜਿਹਾ ਲੱਗਦਾ ਖਾਈ ਜਾਂਦੀ ਖਾਈ ਜਾਂਦੀ ਪਤਾ ਉਹਨੂੰ ਉਦੋਂ ਲੱਗਦਾ ਜਦ ਪੰਖ ਲਿਬੜ ਜਾਂਦੇ ਨੇ ਫਿਰ ਮੌਤ ਉਹਦਾ ਖੇੜਾ ਚੜਾਉਂਦੀ ਹੈ ਸ਼ਹਿਦ ਤੋਂ ਉਹ ਤਾਂ ਉੱਡਿਆ ਨਹੀਂ ਜਾਂਦਾ ਬਿਲਕੁਲ ਸਹੀ ਉਹੀ ਹਾਲ ਉਹ ਬੱਚੇ ਦਾ ਹੋ ਜਾਂਦਾ ਕਿ ਹੌਲੀ 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 ਕੀ ਆ ਕਿ ਪਹਿਲਾਂ ਉਹ ਸ਼ਰਾਬ ਜਿਹੜੀ ਆ ਉਹਦੇ ਲੀਵਰ ਤੇ ਇਫੈਕਟ ਕਰਦੀ ਆ ਫਿਰ ਉਹਦੇ ਕੋਮਲ ਬ੍ਰੇਨ ਤੇ ਇਫੈਕਟ ਕਰਦੀ ਆ ਫਿਰ ਇੱਕ ਬ੍ਰੇਨ ਦੇ ਅੰਦਰ ਹਾਰਮੋਨ ਹੈ 세रोਟੋਨਿਨ ਹਾਰਮੋਨ ਮੈਡਮ ਕਦੀ ਗੂਗਲ ਸਰਚ ਕਰਕੇ ਦੇਖਿਓ 세रोਟੋਨਿਨ ਹਾਰਮੋਨ ਜਿਹੜਾ ਹੈਗਾ ਉਹ ਤੁਹਾਡੇ ਸਰੀਰ ਦਾ ਕਲੋ ਕੀ ਪਾਇਲਟ ਹੈ ਜਿੱਦਾਂ ਜਹਾਜ਼ ਦਾ ਪਾਇਲਟ ਹੈ ਉਹ ਤੁਹਾਡੀ ਬਾਡੀ ਦਾ ਉਹ ਅਗਰ ਤੁਹਾਨੂੰ ਕਹੇਗਾ ਤੁਸੀਂ ਸੁਭਾਸ਼ ਗੋਇਲ ਨਾਲ ਗੱਲ ਕਰਨੀ ਹੈ ਤੁਸੀਂ ਸੁਭਾਸ਼ ਗੋਇਲ ਨਾਲ ਕਰੋਗੇ ਉਹ ਕਹੇਗਾ ਤੁਸੀਂ ਰੱਬ ਨਾਲ ਗੱਲ ਕਰਨੀ ਹੈ ਤੁਸੀਂ ਰੱਬ ਨਾਲ ਗੱਲ ਕਰੋਗੇ ਜੋ ਉਹਨੇ ਤੁਹਾਨੂੰ ਕਹਿਣਾ ਤੁਹਾਡਾ ਉਹ ਆ ਮੇਰੇ ਹੱਥ ਹਿੱਲ ਰਿਹਾ ਪੈਰ ਹਿੱਲਦੇ ਉਹਦਾ ਵਰਕ ਹੈ ਅੱਛਾ ਤੇ ਉਹਨੂੰ ਇਹ ਸ਼ਰਾਬ ਜਿਹੜੀ ਆ ਡੈਮੇਜ ਕਰ ਦਿੰਦੀ ਆ ਉਹ ਫਿਰ ਇਨਸਾਨ ਰੋਜ਼ ਸਵੇਰੇ ਉੱਠ ਕੇ ਕਹਿੰਦਾ ਹੈ ਵੀ ਅੱਜ ਨਹੀਂ ਪੀਣੀ ਕੋਸ਼ ਹੋ ਜੇ ਰੋਜ਼ ਕਹਿੰਦਾ ਉਹ ਬਾਥਰੂਮ 'ਚ ਬੈਠਾ ਜਦੋਂ ਕੱਲਾ ਬੈਠਾ ਹੁੰਦਾ ਉਹ ਕਹਿੰਦਾ ਅੱਜ ਨਹੀਂ ਪੀਣੀ ਕੁਝ ਹੋ ਜਾਏ ਤੇ ਜਿਉਂ ਦੋ ਫਿਰ ਉਹ ਥੋੜਾ ਜਿਹਾ ਦਹੀਂ ਖਾ ਲੈਂਦਾ ਥੋੜਾ ਜਿਹਾ ਹੋਰ ਮਾੜੀ ਮੋਟੀ ਡਾਈਟ ਹੋ ਜਾਂਦੀ ਹੈ ਜਦੋਂ 4:00 ਵੱਜਦੇ ਆ ਫਿਰ ਉਹ ਕਮਿਟਮੈਂਟ ਤਾਂ ਖੁਦ ਨਾਲ ਕੀਤੀ ਹੋਈ ਆ ਜੀ ਫਿਰ ਉਹ ਕਹਿੰਦਾ ਅੱਜ ਇੰਨਾ ਕੁ ਲਾਉਨੇ ਆ ਸਰੀਰ ਥੋੜਾ ਜਿਹਾ ਸੈਟ ਜਾ ਹੋ ਜੂ ਅੱਜ ਇੰਨੀ ਕੀ ਲਾ ਕੇ ਸਾਰ ਲਾਂਗੇ ਉਹ ਜਦੋਂ ਫਿਰ ਇੰਨੀ ਕੁ ਲਾਉਂਦਾ ਫਿਰ ਉਹ ਥੋੜੀ ਜਿਹਾ ਹੋਰ ਜੀ ਕਰਦਾ ਵੀ ਚੱਲ ਇੱਕ ਪੈਗ ਹੋਰ ਲਾ ਲੈਂਦੇ ਆ ਕਮਿਟਮੈਂਟ ਤਾਂ ਖੁਦ ਨਾਲ ਹੀ ਕੀਤੀ ਆ ਜਵਾਬ ਤਾਂ ਕਿਸੇ ਨੂੰ ਦੇਣਾ ਨਹੀਂ ਜਦੋਂ ਤੀਜਾ ਪੈਗ ਹੋ ਗਿਆ ਫਿਰ ਉਹ ਨਾ ਆਪਣੇ ਆਪ ਦਾ ਨਾ ਆਪਣੇ ਬਾਪ ਦਾ ਫਿਰ ਵਿਗੜ ਗਿਆ ਉਹ ਡੇਲੀ ਪ੍ਰੋਸੈਸ ਇਹ ਚੱਲਦਾ ਚੱਲਦਾ 20 25 ਸਾਲ ਚੱਲ ਜਾਂਦਾ ਜੀ ਜੀ ਜਦੋਂ ਫਿਰ ਪਰਿਵਾਰ ਨੂੰ ਫਿਕਰ ਪੈਂਦਾ ਵੀ ਇਹਦੀ ਹੁਣ ਸ਼ਰਾਬ ਚੜਾਈਏ ਜਦੋਂ ਘਰ ਵਾਲੀ ਨੂੰ ਖੁਦ ਠੇਕੇ ਤੇ ਜਾ ਕੇ ਲਿਆ ਕੇ ਉਹਨੂੰ ਦੇਣੀ ਪੈਂਦੀ ਹੈ ਵੀ ਕਿਤੇ ਇਹ ਮਰ ਨਾ ਜਾਵੇ ਉਹ ਕਿਉਂ ਕਿਉਂਕਿ ਸ਼ਰਾਬ ਨੇ ਉਹਨੂੰ ਅੰਦਰ ਉਹਦੇ ਐਂ ਹੱਥ ਹਿੱਲਦੇ ਨੇ ਕੋਈ ਗਲਾਸ ਨਹੀਂ ਚੱਕ ਸਕਦਾ ਇਹ ਮੈਂ ਉਹਨਾਂ ਦੀ ਗੱਲ ਕਰਦਾ ਇਹਨਾਂ ਦੀ ਬੱਤਰ ਹੋ ਜਾਂਦੀ ਹੈ ਕਈ ਕਈ ਮੇਰੇ ਕੋਲੇ ਨੌਜਵਾਨ ਆਉਂਦੇ ਆ ਕਹਿੰਣਗੇ ਸਾਡੇ ਪਿੰਡ ਜੀ ਫਲਾਣਾ ਤਾਇਆ ਉਹਨੂੰ ਸਾਰੀ ਉਮਰ ਬੀਤ ਗਈ दारू ਪੀਂਦੇ ਨੂੰ ਲਾਲ ਪੇਟ ਟਮਾਟਰ ਵਰਗਾ ਪਰ ਉਹਨੂੰ ਅੰਦਰੋਂ ਦੇਖੋ ਸਾਦਰ ਵੀ ਡਾਕਟਰ ਸਾਹਿਬ ਮਤਲਬ ਪੂਰੀ ਉਮਰ ਹੀ ਮਤਲਬ ਐਡਾ ਮੇਰੇ ਖਿਆਲ ਦੋ ਪੈਗ ਤੋਂ ਤਿੰਨ ਪੈਗ ਉਹ ਰੋਜ਼ ਹੀ ਲਾਉਂਦੇ ਰਹੇ ਜਦ ਤੱਕ ਵੀ ਉਹ ਰਹੇ ਉਹਨਾਂ ਦੀ ਸਿਹਤ ਵੀ ਅੱਛੀ ਰਹੀ ਇਹ ਜਿਹੜੀ ਸਿਸਟਮ ਹੈ ਨਾ ਜੀ ਦੇਖੋ ਇੱਥੇ ਮੈਂ ਤੁਹਾਡੇ ਨਾਲ ਸਹਿਮਤ ਆ ਐਗਰੀ ਕਰਦਾ ਜਿਹੜਾ 30 ਐਮ ਐਲ ਆ 60 ਐਮ ਐਲ ਉਹ ਠੀਕ ਹੈ ਇੱਥੇ ਤੱਕ ਲੋਕ ਜੇ ਲੈਂਦੇ ਆ ਤਾਂ ਦੇਖੋ ਸਰਕਾਰਾਂ ਵੀ ਚਲਾਉਣੀਆਂ ਨੇ ਉਹਨਾਂ ਦੇ ਬਜਟ ਵੀ ਇਹਦੇ ਤੇ ਹੀ ਖੜੇ ਆ ਮਤਲਬ ਹਰ ਮੋੜ ਤੇ ਠੇਕਾ ਹੈ ਉਹਨਾਂ ਦੇ ਵੀ ਬੱਚੇ ਨੇ ਠੇਕੇ ਵਾਲਿਆਂ ਦੇ ਵੀ ਅਸੀਂ ਦੀ ਕਹਿੰਦੇ ਕਿ ਇਹਨੂੰ ਮਤਲਬ ਬਿਲਕੁਲ ਹੀ ਕੁਝ ਮਤਲਬ ਇਹ ਜ਼ਰੂਰ ਹੈ ਕਿ ਜਦੋਂ ਕੋਈ ਵੀ ਚੀਜ਼ ਬਦਤਰ ਹੋ ਜਾਏ ਤਾਂ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਤੁਹਾਡੇ ਆਪਣੇ ਸਰੀਰ ਨੂੰ ਫਿਰ ਤੁਹਾਡੇ ਪਰਿਵਾਰ ਨੂੰ ਹੈ ਫਿਰ ਤੁਹਾਡੇ ਆਸ ਪੜੋਸ ਨੂੰ ਵੀ ਹੈ ਫਿਰ ਤੁਹਾਡੇ ਬੱਚਿਆਂ ਨੂੰ ਵੀ ਹੈ ਕਈ ਤਾਂ ਐਦਾਂ ਹੁੰਦੇ ਨੇ ਮੈਡਮ ਮੇਰੇ ਕੋਲੇ ਨਸ਼ਾ ਛੱਡਣ ਕੀ ਮੇਰੀ ਪੋਤੀ ਦਾ ਰਿਸ਼ਤਾ ਨਹੀਂ ਹੋ ਰਿਹਾ ਗੁਇਲ ਸਾਹਿਬ ਉਹਨਾਂ ਨੂੰ ਮੈਂ ਕਈ ਵਾਰੀ ਉਹ ਕਹਿੰਨੇ ਕਿ ਨਾ ਉਹ ਮੈਂ ਨਸ਼ਾ ਛੱਡਣਾ ਮੈਂ ਕਹਿੰਉਂ ਕਿ ਕਿੰਨੀ ਉਮਰ ਹੋ ਗਈ ਉਹ ਕਹਿੰਗਾ ਮੇਰੀ ਉਮਰ ਹੋ ਗਈ ਜੀ 72 ਸਾਲ ਦੀ ਮੈਂ ਕਹਿੰਦਾ ਹੁਣ ਕੀ ਲੋੜ ਪਈ ਹੈ ਸਾਰੀ ਉਮਰ ਤੂੰ ਹੈਨਾ ਕੀਤਾ ਤੇ ਹੁਣ ਕਾਦੇ ਲਈ ਗੁਇਲ ਸਾਹਿਬ ਫਿਰ ਉਹ ਰੋ ਪੈਂਦੇ ਆ ਵੀ ਗੁਇਲ ਸਾਹਿਬ ਮਤਲਬ ਹੁਣ ਨਾ ਮੇਰੀ ਪੋਤੀ ਦਾ ਰਿਸ਼ਤਾ ਨਹੀਂ ਚੱਲ ਰਿਹਾ ਵੀ ਇਹਨਾਂ ਦਾ ਬਜ਼ੁਰਗ ਕਹਿੰਦਾ ਪਿੰਦਾ ਸਾਡਾ ਜਦੋਂ ਮੁੰਡਾ ਇਹਨਾਂ ਦੇ ਘਰੇ ਜਾਊਗਾ ਜਮਾਈ ਬਣ ਕੇ ਤਾਂ ਉਹ ਵੀ ਐਸੇ ਕੰਮ 'ਚ ਪੈ ਜਾਊਗਾ ਮਤਲਬ ਕਹਿੰਦਾ ਹੁਣ ਮੈਨੂੰ ਉਸ ਕਰਕੇ ਅੱਕ ਚੱਬਣਾ ਪੈ ਰਿਹਾ ਇਦਾਂ ਦੀਆਂ ਗੱਲਾਂ ਮਤਲਬ ਮੇਰੇ ਕੋਲੇ ਬਹੁਤ ਸਟੋਰੀਆਂ ਆਉਂਦੀਆਂ ਨੇ ਤਾਂ ਇਸ ਕਰਕੇ ਜਿਹੜੇ ਲੋਕੀ ਨਸ਼ੇ ਕਰਦੇ ਆ ਉਹਨਾਂ ਲਈ ਮੈਂ ਜ਼ਰੂਰ ਕਹਿਣਾ ਹੁੰਦਾ ਕਿ ਜਿਹੜੇ ਸਾਡੇ ਵੈਦ ਜੀ ਨੇ ਦਵਾਈਆਂ ਕੁਝ ਬਣਾਈਆਂ ਨੇ ਉਹ ਵਾਕਈ ਉਹਨਾਂ ਲਈ ਵਰਦਾਨ ਨੇ ਔਰ ਜਿਹੜਾ ਸਾਡੀ ਸੰਸਥਾ ਦਾ ਨਾਮ ਵਰਦਾਨ ਆਯੁਰਵੈਦਿਕ ਪਿਆ ਹੈ ਜੀ ਇਹ 2007 ਦੀ ਗੱਲ ਹੈ ਮੈਡਮ ਉਹ ਉਸ ਟਾਈਮ ਅਸੀਂ ਲੋਕਾਂ ਨੂੰ ਇੰਨੀ ਕੁ ਜੋਰ ਦੇ ਕੇ ਇਹ ਸਪੀਚ ਦਿੱਤੀਆਂ ਸੀਗੀਆਂ ਕਿ ਲੋਕਾਂ ਨੇ ਬਹੁਤ ਸ਼ਰਾਬ ਛੱਡਣ ਦੇ ਵਿੱਚ ਸਹਿਯੋਗ ਕੀਤਾ ਔਰ ਸ਼ਰਾਬ ਛੱਡੀ ਵੀ ਤਾਂ ਫਿਰ ਕਈ ਮਾਤਾ ਭੈਣਾਂ ਨੇ ਸਾਨੂੰ ਕਿਹਾ ਵੀ ਗੁਲਬ ਸਿੰਘ ਇਹ ਤੁਹਾਡੀ ਦਵਾਈ ਸੱਚਮੁੱਚ ਸਾਡੇ ਪਰਿਵਾਰ ਲਈ ਤਾਂ ਵਰਦਾਨ ਹੀ ਸਾਬਤ ਹੋਈ ਹੈ ਤਾਂ ਫਿਰ ਮੈਂ ਉਸ ਤੋਂ ਬਾਅਦ ਇਹ ਤਾਂ ਨਾਂ ਵਰਦਾਨ ਨਯੁਰਵੈਦਿਕ ਸੰਸਥਾਨ ਹੀ ਰੱਖਤਾ ਸੀਗਾ ਨਹੀਂ ਬਹੁਤ ਹੀ ਸੋਹਣਾ ਨਾਮ ਹੈ ਜੀ ਔਰ ਤੁਹਾਡੀ ਸੰਸਥਾ ਡੈਫੀਨੇਟਲੀ ਵਰਦਾਨ ਹੈ ਲੋਕਾਂ ਲਈ ਔਰ ਹਰ ਜੀ ਉਹ ਵੀ ਉਹਨਾਂ ਨੂੰ ਬਿਮਾਰੀਆਂ ਹੈ ਜਾਂ ਕੁਝ ਅੱਜ ਤੱਕ ਮੈਂ ਤੁਹਾਨੂੰ ਪਹਿਲੀ ਵਾਰ ਮਿਲ ਰਹੀ ਹਾਂ ਗੁਲਸੱਬ ਪਰ ਤੁਹਾਨੂੰ ਮਿਲ ਕੇ ਇੰਨਾ ਅੱਛਾ ਲੱਗਾ ਤੁਸੀਂ ਇਨਸਾਨ ਤਾਂ ਅੱਛੇ ਹੋਈ ਔਰ ਐਨੇ ਇੰਟੈਲੀਜੈਂਟ ਹੋ ਔਰ ਤੁਸੀਂ ਆਯੁਰਵੈਦਿਕ ਦਵਾਈਆਂ ਨਾਲ ਹੀ ਲੋਕਾਂ ਨੂੰ ਠੀਕ ਕਰਦੇ ਹੋ ਜਿੱਦਾਂ ਕਿ ਕੋਈ ਸਾਈਡ ਇਫੈਕਟ ਨਹੀਂ ਹੈ ਆਦਰਵਾਇਜ਼ ਦੂਸਰੀ ਵਾਲੀ ਤਾਂ ਕੋਈ ਵੀ ਦਵਾਈ ਮੇਰੇ ਖਿਆਲ ਹੈ ਕਿ ਇੱਕ ਚੀਜ਼ ਠੀਕ ਕਰਦੀ ਹੈ ਜੇ ਸਿਰ ਦਰਦੀ ਦਵਾਈ ਹੋਵੇ ਸਿਰਦਰਦ ਦੀ ਤੁਸੀਂ ਖਾ ਲੋ ਤਾਂ ਤੁਹਾਡਾ ਕੁਝ ਹੋਰ ਚੀਜ਼ ਪ੍ਰੋਬਲਮ ਆ ਜਾਂਦੀ ਹੈ ਜੇ ਕੁਝ ਹੋਰ ਚੀਜ਼ ਦੀ ਖਾ ਲੋ ਤੇ ਕੁਝ ਹੋਰ ਹੋ ਜਾਂਦਾ ਪਰ ਆਯੁਰਵੈਦਿਕ ਦਵਾਈਆਂ ਜਿਹੜੀਆਂ ਕਿ ਜੜੀ ਬੂਟੀਆਂ ਨਾਲ ਤੁਸੀਂ ਬਣਾਉਂਦੇ ਹੋ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਔਰ ਤੁਸੀਂ ਇੰਨੀ ਰਿਸਰਚ ਕੀਤੀ ਹੈ ਉਹਦੇ ਬਾਰੇ ਮਤਲਬ ਮੈਂ ਫੈਨ ਹੋ ਗਈ ਤੁਹਾਡੀ ਤੇ ਬਾਕੀ ਤੁਸੀਂ ਜਿਵੇਂ ਕਿ ਕਿਹਾ ਕਿ ਸ਼ਰਾਬ ਦੀ ਸ਼ੁਰੂਆਤ ਤਕਰੀਬਨ ਕੋ ਰਹੀ ਹੁੰਦੀ ਹੈ ਆਪਣੇ ਫਾਦਰ ਤੋਂ ਜਾਂ ਆਪਣੇ ਵੱਡੇ ਪ੍ਰਾਤ ਤੋਂ ਜਾਂ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਾਓ ਜਾ ਕੇ ਲੈ ਕੇ ਆਓ ਔਰ ਫਿਰ ਉਹੀ ਹੋ ਜਾਂਦਾ ਹੈ ਕਿ ਮੱਖੀ ਨੇ ਜਿਹੜੇ ਸ਼ਹਿਰ 'ਚ ਆਪਣੇ ਪਰ ਡਬੋਤੇ ਔਰ ਉਸ ਤੋਂ ਬਾਅਦ ਫਿਰ ਤਾਂ ਖਤਮ ਹੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਕਰ ਤੋਂ ਹੀ ਉਹਨਾਂ ਨੂੰ ਬੱਚਿਆਂ ਨੂੰ ਇਹੋ ਜੇ ਸੰਸਕਾਰ ਮਿਲਣ ਕਿ ਉਹ ਸ਼ੁਰੂਆਤੀ ਨਾ ਕਰਨ ਤੇ ਹੋਰ ਵੀ ਗੁਲਸਬ ਅੱਜਕਲ ਬਹੁਤ ਸਾਰੇ ਨਸ਼ੇ ਆ ਜਿਹੜੇ ਸਿੰਥੈਟਿਕ ਨਸ਼ੇ ਨੇ ਸ਼ਰਾਬ ਤਾਂ ਹੁਣ ਬਹੁਤ ਛੋਟਾ ਨਸ਼ਾ ਰਹਿ ਗਈ ਉਹਦੇ ਇਲਾਵਾ ਬਹੁਤ ਸਾਰੇ ਨਸ਼ੇ ਆ ਗਏ ਨੇ ਤੇ ਉਹ ਵੀ ਲੋਕ ਤੁਹਾਨੂੰ ਮਿਲਣ ਆਂਦੇ ਹੋਣਗੇ ਤੇ ਤੁਸੀਂ ਕਿਵੇਂ ਉਹਨਾਂ ਨੂੰ ਕਨਵਿੰਸ ਕਰਦੇ ਹੋ ਛੁੜਨ ਲਈ ਜਾਂ ਕਿਹੜੀਆਂ ਦਵਾਈਆਂ ਤੁਸੀਂ ਜਿਹੜੀਆਂ ਦਿੰਦੇ ਹੋ ਕਿ ਉਹਨਾਂ ਦਾ ਮਨ ਨਾ ਕਰੇ ਉਹ ਨਸ਼ਾ ਕਰਨ ਦੀ ਦੇਖੋ ਅੱਜਕਲ ਨਾ ਇੱਕ ਚੀਜ਼ ਹੋਰ ਮੈਥੋਡ ਨੂੰ ਮੈਡਮ ਦੱਸਦਾ ਜੀ ਕਿ ਮੈਂ ਲਗਭਗ ਕਹ ਲਓ ਕਿ ਅੱਜ 30 ਸਾਲ ਹੋ ਗਏ ਅੱਜ ਸਾਨੂੰ ਆਪਾਂ 2023 'ਚ ਬੈਠੇ ਆਂ ਗੱਲ ਕਰਦੇ ਤੇ 1992 ਤੋਂ ਅਸੀਂ ਇਹ ਕੰਮ ਸ਼ੁਰੂ ਕਰਿਆ ਸੀ ਜਾ ਕੇ ਅਸੀਂ ਨਵੰਬਰ 2005 ਦੇ ਵਿੱਚ ਕਾਮਯਾਬ ਹੋਏ ਸੀਗੇ ਕਿਸੇ ਨੂੰ ਮਤਲਬ ਬਿਨਾ ਤੋੜ ਬਿਨਾ ਤਕਲੀਫ ਔਰ ਬਿਨਾ ਦਾਖਲ ਕੀਏ ਨਸ਼ਾ ਚੜਾਉਣ ਦੇ ਵਿੱਚ ਜਦੋਂ ਅਸੀਂ ਕਾਮਯਾਬ ਹੋਏ ਤਾਂ ਉਸ ਟਾਈਮ ਫਿਰ ਅਸੀਂ ਬਹੁਤ ਖੁੱਲਕੇ ਇਹਦਾ ਮੈਡੀਸਨ ਦਾ ਪ੍ਰਚਾਰ ਕੀਤਾ ਅਰੇ ਪਿਓਰ ਆਯੁਰਵੈਦਿਕ ਮੈਡੀਸਿਨ ਹੈ ਕੋਈ ਇਨਸਾਨ ਮੰਨ ਲਓ ਅਫੀਮ ਖਾਂਦਾ ਸਬੈਕ ਲੈਂਦਾ ਚਿੱਟੇ ਦਾ ਨਸ਼ਾ ਕਰਦਾ ਜਾਂ ਹੋਰ ਕੋਈ ਵੀ ਨਸ਼ਾ ਕਰਦਾ ਇਹ ਇੱਕ ਵੱਡੀ ਗੱਲ ਹੈ ਕਿ ਜਿਹੜੀਆਂ ਅਸੀਂ ਟ੍ਰੀਟਮੈਂਟ ਦਿੰਨੇ ਆ ਉਹ ਬਹੁਤ ਦੂਰ ਦੀ ਗੱਲ ਹੈ ਪਰ ਮੈਂ ਸਭ ਤੋਂ ਪਹਿਲਾਂ ਇਹ ਕਹਣਾ ਹੁੰਦਾ ਸਾਰਿਆਂ ਨੂੰ ਕਿ ਜੇ ਕੋਈ ਇਨਸਾਨ ਨਸ਼ਾ ਕਰਦਾ ਸਭ ਤੋਂ ਪਹਿਲੀ ਚੀਜ਼ ਕੀ ਉਹ ਛੱਡਣਾ ਚਾਹੁੰਦਾ ਹੈ ਰੋਜ਼ ਕੀ ਹਮੇਸ਼ਾ ਉਹ ਦੁਖੀ ਹੈ ਨਸ਼ੇ ਤੋਂ ਕਿਉਂਕਿ ਜਿਹੜੀ ਉਹਨੇ ਪਹਿਲੇ ਦਿਨ ਅਫੀਮ ਖਾਈ ਸੀ ਇੰਨੀ ਖਾਈ ਉਹਨੇ ਕਣਕ ਦੇ ਦਾਣੇ ਜਿੰਨੀ ਉਹਨੂੰ ਬੜਾ ਹੀ ਆਨੰਦ ਆਇਆ ਉਹਨੂੰ ਲੱਗਿਆ ਸਾਰਾ ਪਿੰਡ ਮਿੱਤਰਾਂ ਦਾ ਮੈਂ ਤੇ ਐਵੇਂ ਓਲੇ ਚ ਰਿਆ ਮੈਨੂੰ ਤੇ ਪਤਾ ਹੀ ਕੁਝ ਨਹੀਂ ਸੀ ਉਹ ਜਦੋਂ 5-4 ਦਿਨ ਖਾਈ 10 ਦਿਨ ਖਾਈ 20 ਦਿਨ ਖਾਈ ਤਾਂ ਫਿਰ ਉਹਦੀ ਜੇਭ ਹਿਲਣ ਲੱਗੀ ਜੇਭ ਹਿਲਣ ਲੱਗਦੀ 2 ਕੁ ਮਹੀਨੇ ਨਿਕਲ ਗਏ ਫਿਰ ਘਰ ਦਾ ਵੀ ਸਮਾਨ ਹਿਲਣ ਲੱਗਾ ਤੇ ਫਿਰ ਉਹਨੂੰ ਫਿਕਰ ਪਿਆ ਵੀ ਆ ਕੀ ਹੋ ਗਿਆ ਮੈਂ ਤੇ ਫਸ ਗਿਆ ਤੇ ਫਿਰ ਉਹ ਛੱਡਣ ਤੁਰਦਾ ਔਰ ਡੇਲੀ ਉਹਨੂੰ ਫਿਰ ਉਹ ਨਸ਼ਾ ਨਹੀਂ ਹੁੰਦਾ ਉਸ ਚੀਜ਼ ਦਾ ਉਹ ਨਸ਼ੇ ਦੀ ਜਗ੍ਹਾ ਨੂੰ ਬਾਡੀ ਨੂੰ ਚਲਾਉਣ ਵਾਸਤੇ ਜਿਵੇਂ ਗੱਡੀ 'ਚ ਤੇਲ ਪੈਂਦਾ ਉਵੇਂ ਉਹਨੂੰ ਥੋੜਾ ਜਿਹਾ ਖਾ ਕੇ ਤੁਰਨਾ ਪੈਂਦਾ ਵੀ ਮੈਂ ਕਿੱਧਰ ਜਾਵਾਂ ਤੇ ਕੀ ਕਰਾਂ ਤੇ ਉਹ ਡੇਲੀ ਉਹਦਾ ਉਹ ਪ੍ਰੋਸੈਸ ਚੱਲਦਾ ਰਹਿੰਦਾ ਫਿਰ ਉਹ ਨਸ਼ਾ ਜਦੋਂ ਛੱਡਣ ਦੀ ਕੋਸ਼ਿਸ਼ ਕਰਦਾ ਤਾਂ ਉਹ ਜਿੱਥੇ ਵੀ ਜਾਂਦਾ ਨਸ਼ਾ ਛੱਡਣ ਉਹਨੂੰ ਰਾਹ ਹੀ ਨਹੀਂ ਮਿਲਦਾ ਕੋਈ ਉਹ ਉਹ ਪੂੜੀਆਂ ਤੇ ਲਾ ਲੈਂਦਾ ਕੋਈ ਗੋਲੀਆਂ ਤੇ ਲਾ ਲੈਂਦਾ ਕੋਈ ਜੀਬ ੱਤੇ ਰੱਖਣ ਵਾਲੀ ਅੱਜ ਕੱਲ ਗੋਲੀ ਫਿਰ ਉਹ ਨਹੀਂ ਛੁੱਟਦੀ ਫਿਰ ਹੋਰ ਬਹੁਤ ਦਵਾਈਆਂ ਤੇ ਲਾ ਲੈਂਦੇ ਆ ਤਾਂ ਇਸ ਕਰਕੇ ਉਹ ਫਿਰ ਅਸਮਾਨੋਂ ਗਿਰਿਆ ਤੇ ਖਜੂਰ ਚ ਫਸਿਆ ਵਾਲੀ ਗੱਲ ਹੋ ਜਾਂਦੀ ਆ ਉਹਨਾਂ ਵਾਸਤੇ ਜਿਹੜਾ ਇਹ ਵਰਦਾਨ ਆਯੁਰਵੈਦਿਕ ਸੈਂਟਰ ਤੇ ਪ੍ਰੋਡਕਟ ਬਣਦੇ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਮੈਡਮ ਜੀ ਬਹੁਤ ਹੀ ਸਪੈਸ਼ਲ ਪ੍ਰੋਡਕਟ ਬਣਾਇਆ ਹੋਇਆ ਸੀ ਇਹਦਾ ਨਾਮ ਵੀ ਅਸੀਂ ਰੱਖਿਆ ਗੱਬਰੂ ਪਾਊਡਰ ਮਤਲਬ ਦੁਬਾਰਾ ਤੋਂ ਇਨਸਾਨ ਨੂੰ ਜਵਾਨ ਕਰ ਦੇਣਾ ਗੱਭਰੂ ਕਰ ਦੇਣਾ ਮਤਲਬ ਉਹਦੇ ਅੰਦਰ ਸਰੀਰ ਦੇ ਨਵੀਂ ਜਾਨ ਪਾ ਦੇਣੀ ਇਹ ਪ੍ਰੋਡਕਟ ਅਸੀਂ ਜਦੋਂ ਬਣਿਆ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਅਸੀਂ ਪਾਈ ਆ ਕੇਸਰ ਅੱਛਾ ਜੀ ਪਿਓਰ ਕੇਸਰ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਕੌਂਚ ਬੀਜ ਕੌਂਚ ਬੀਜ ਜਿਹੜਾ ਹੈਗਾ ਸਾਡੇ ਸੀਮਨ ਨੂੰ ਸਟਰੋਂਗ ਕਰਦਾ ਜਿਹੜਾ ਕਿ ਨਸ਼ੇ ਕਰ ਕਰਕੇ ਇਨਸਾਨ ਦਾ ਜਮੇ ਸੁੱਕ ਜਾਂਦਾ ਫਿਰ ਉਹਦੇ ਸਰੀਰ 'ਚ ਜਾਨ ਨਹੀਂ ਰਹਿੰਦੀ ਤੇ ਦੂਜੀ ਚੀਜ਼ ਜਿਹੜੀ ਇਹ 'ਚ ਪਾਈ ਆ ਗੋਖਰੂ ਗੋਖਰੂ ਜਿਹੜਾ ਤੁਹਾਡੇ ਯੂਰਿਨ ਸਿਸਟਮ ਨੂੰ ਸਾਫ਼ ਕਰਦਾ ਫਿਰ ਇੱਚ ਤਲ ਮਖਾਣਾ ਜੈਫਲ ਜਵਿਤਰੀ ਜੈਫਲ ਜਵਿਤਰੀ ਜਿਹੜੀ ਹੈ ਨਾ ਜੀ ਉਹ ਮੈਂ ਮੈਡਮ ਤੁਹਾਨੂੰ ਅੱਜ ਜਾਣਕਾਰੀ ਦੇ ਦਵਾ ਜਿਹੜੀ ਕਸਤੂਰੀ ਅਸੀਂ ਕਹਿੰਦੇ ਸੀ ਹਿਰਨ ਦੇ ਪੇਟ ਚੋਂ ਮਿਲਦੀ ਆ ਉਹ ਕਸਤੂਰੀ ਦਾ ਵਿਕਲਪ ਹੈ ਜੈਫਲ ਔਰ ਜਵਿਤਰੀ ਇਹ ਇਹਦੀ ਇੰਨੀ ਪਾਵਰ ਇਸ ਚੀਜ਼ ਦੇ ਵਿੱਚ ਔਰ ਤੁਸੀਂ ਆਮ ਮਸਾਲਿਆਂ ਚ ਯੂਜ਼ ਕਰਦੇ ਹੋਣੇ ਆ ਫਿਰ ਇਹਦੇ ਵਿੱਚ ਅਸ਼ਫਗੰਦ ਹੈ ਔਰ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨੁਸਖੇ ਜਿਹੜੇ ਅਸੀਂ ਉੱਪਰ ਬਕਾਇਦਾ ਲਿਖੇ ਹੋਏ ਨੇ ਹੁਣ ਜਿਹੜਾ ਸਮਾਂ ਅਸੀਂ ਉਹਦੇ ਨੂੰ ਉਹਦਾ ਵੀ ਧਿਆਨ ਰੱਖਣਾ ਕਿ ਇਹ ਸੇ ਨੁਸਖੇ ਜਿਹੜੇ ਨੇ ਇਹਦੇ ਤੇ ਬਕਾਇਦਾ ਲਿਖੇ ਨੇ ਤੁਸੀਂ ਗੂਗਲ ਤੇ ਜਾਇਓ ਵੈਦਬਾਨ ਲਿਖ ਕੇ ਉਹਦੇ ਬਾਅਦ ਗੱਭਰੂ ਚੂਰਨ ਲਿਖੋ ਗਬਰੂ ਡਾਈਟ ਲਿਖੋ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਬਾਡੀ ਦੇ ਵਿੱਚ ਨਸ਼ੇ ਦੀ ਜ਼ਰੂਰਤ ਨਹੀਂ ਹੈ ਜਦੋਂ ਤੁਸੀਂ ਇਹ ਦੋ ਤਿੰਨ ਡੱਬੇ ਬਾਡੀ ਚ ਲੈ ਗਏ ਤਾਂ ਉਸ ਤੋਂ ਬਾਅਦ ਇਹਦੀ ਬਿਲਕੁਲ ਜ਼ਰੂਰਤ ਨਹੀਂ ਪੈਣੀ ਔਰ ਜਿਹੜੇ ਲੋਕੀ ਨਸ਼ੇ ਕਰਦੇ ਹਨ ਮੈਡਮ ਉਹਨਾਂ ਦੇ ਸ਼ਰੀਰ ਬਿਲਕੁਲ ਖਤਮ ਹੋਏ ਹੁੰਦੇ ਆ ਕਮਜ਼ੋਰ ਹੋ ਜਾਂਦੇ ਆ ਉਹਨਾਂ ਨੂੰ ਤਾਕਤ ਦੀ ਲੋੜ ਹੈ ਤੇ ਉਹਦੇ ਵਾਸਤੇ ਇੱਕ ਇਹ ਤੇਲ ਬਣਾਇਆ ਹੋਇਆ ਇਹ ਐਕਚੁਅਲੀ ਮਸਟਰਡ ਆਇਲ ਹੈ ਜੀ ਇਹ ਦੋ ਅਸੀਂ ਕੀ ਕਰਦੇ ਆ ਸਰੋਂ ਨੂੰ ਸਭ ਤੋਂ ਪਹਿਲਾਂ ਸਰੋਂ ਦੀਆਂ ਥੈਲੀਆਂ ਭਲਾ ਕੇ 2-2 4-4 ਕਿਲੋ ਦੀਆਂ ਕੱਪੜੇ ਦੀਆਂ ਉਹਨੂੰ ਅਸੀਂ ਕਸਟਰੋਇਲ ਦੇ ਵਿੱਚ ਡਬੋ ਦਿੰਨੇ ਆ अच्छा ਜਿਹੜਾ ਕਿ ਰਿੰਡ ਦਾ ਤੇਲ ਆ ਉਹਦੇ ਵਿੱਚ ਡਬੋ ਦਿੰਨੇ ਆ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਅਸੀਂ ਅੱਕ ਦਾ ਦੁੱਧ ਗੇੜ ਦਿਆਂ 10-12 ਦਿਨ ਬਾਅਦ ਫਿਰ ਉਹ ਜਿਹੜੀ ਸਰੋਂ ਆ ਫੁੱਲ ਜਾਂਦੀ ਆ ਉਹ ਸਾਰੀ ਚੀਜ਼ਾਂ ਐਬਜ਼ਾਰਬ ਕਰਦੀ ਆ ਫਿਰ ਜਿਵੇਂ ਆਪਾਂ ਪੁਰਾਣੇ ਜ਼ਮਾਨੇ ਚ ਮੰਜਿਆਂ ਦੇ ਵਿਛਾ ਕੇ ਕਣਕ ਹੁਣ ਤਾਂ ਸੁਪਨੇ ਰਹਿ ਗਏ ਕਣਕ ਸੁਕਾਉਂਦੇ ਸੀ ਫਿਰ ਜਾ ਕੇ ਉੱਥੋਂ ਪਿਸਾਉਂਦੇ ਸੀ ਚੱਕੀ ਤੋਂ ਉਸ ਤਰ੍ਹਾਂ ਫਿਰ ਉਹ ਸਰੋਂ ਨੂੰ ਖੋਲ ਕੇ ਡਰਾਈ ਕਰਕੇ ਫਿਰ ਉਹਨੂੰ ਦੁਬਾਰਾ ਤੋਂ ਉਹ ਮਤਲਬ ਕਿ ਉਹਦਾ ਤੇਲ ਕੱਢਿਆ ਜਾਂਦਾ ਔਰ ਇਸ ਤੇਲ ਦਾ ਰੰਗ ਰੂਪ ਹੀ ਅਲੱਗ ਹੈ ਇਹੋ ਤੇਲ ਨਹੀਂ ਹੁੰਦਾ ਤੇ ਇਹ ਤੇਲ ਦੀ ਫਿਰ ਸੀ ਉਹਨੂੰ ਕਹਿੰਦੇ ਆ ਜੋ ਵੀ ਇਨਸਾਨ ਨਸ਼ੇ ਦੀ ਦਲਦਲ ਚ ਫਸਿਆ ਹੈ ਕਿ ਇਹਦੇ ਪੈਰਾਂ ਨੂੰ ਹੱਥਾਂ ਨੂੰ ਇਹਦੇ ਨੱਕ ਦੇ ਵਿੱਚ ਕੰਨ ਦੇ ਵਿੱਚ ਇਹਦੇ ਤੇਲ ਦੀਆਂ ਥੋੜੇ ਜਿਹੜੇ ਹੈਗੇ ਉਹਨੂੰ ਰਬਿੰਗ ਦਿਓ ਉਹਦੀ ਮ사ਜ ਕਰੋ ਔਰ ਇੱਕ ਚੀਜ਼ ਵੱਡੀ ਹੈ ਕਿ ਜਿਹੜੇ ਪੇਰੈਂਟਸ ਜਾਂ ਪਰਿਵਾਰ ਵਾਲੇ ਇਹ ਗੱਲ ਬੋਲਦੇ ਆ ਕਿ ਤੂੰ ਤੂੰ ਕਿਉਂ ਸਾਡੇ ਘਰ ਚ ਜੰਪਿਆ ਜੇ ਜੇ ਮੈਨੂੰ ਪਤਾ ਹੁੰਦਾ ਤੂੰ ਨਸ਼ਿਆਂ 'ਚ ਪੈ ਜਾਣਾ ਤੂੰ ਸਾਡੇ ਬਾਪ ਆਪਣੇ ਬਾਪ ਦੀ ਨੱਕ ਵੜਾ ਦੇਣੀ ਆ ਤੇਰਾ ਮੈਂ ਜੰਮ ਦੀ ਦਾ ਗਲਾ ਨਾ ਘੁੱਟ ਦਿੰਦੀ ਇਹ ਗੱਲਾਂ ਜਿਹੜੀਆਂ ਨੇ ਇਹ ਉਹਨੂੰ ਉਲਟਾ ਟੌਰਚਰ ਕਰਦੀਆਂ ਨੇ ਕਿਉਂਕਿ ਉਹ ਤੇ ਉਹ ਤੇ ਵਿਚਾਰਾ ਬਿਮਾਰ ਹੋ ਗਿਆ ਬਿਲਕੁਲ ਉਹ ਪਹਿਲਾਂ ਤਾਂ ਉਹਨੇ ਜ਼ਰੂਰ ਨਸ਼ਾ ਗਲਤੀ ਕਰ ਲਈ ਅਗਰ ਤੁਸੀਂ ਉਸੇ ਦਿਨ ਉਹਨੂੰ ਜਰਾ ਡਾਂਟ ਦਿੰਦੇ ਘਰੇ ਆ ਇਹਨੂੰ ਤਾਂ ਉਹਦੀ ਹਿੰਮਤ ਹੀ ਨਹੀਂ ਪੈਣੀ ਸੀ ਉਸ ਦਿਨ ਤਾਂ ਕਹਿੰਦੇ ਨੇ ਮੁੰਡਾ ਸਾਡਾ ਜਵਾਨ ਹੋ ਗਿਆ ਹਣ ਬਈ ਬੜਾ ਤੌ ਦਿੰਦਾ ਮੁੱਛਾਂ ਨੂੰ ਤੇ ਜਦੋਂ ਵਿਚਾਰਾ ਫਸ ਗਿਆ ਦੋਨੋਂ ਉਲਟੀਆਂ ਲਾਨਤਾਂ ਪੈਂਦੀਆਂ ਨੇ ਉਹਨੂੰ ਇਹ ਸਮਝੋ ਕਿ ਜਿਵੇਂ ਕਿਸੇ ਡਾਕਟਰ ਨੇ ਕਿਸੇ ਮਰੀਜ਼ ਨੂੰ ਕਹਿ ਦਿੱਤਾ ਕਿ ਇਹਨੂੰ ਤਾਂ ਕੈਂਸਰ ਹੋ ਗਿਆ ਤੇ ਤੁਸੀਂ ਉਹਦੇ ਲਈ ਕਿੰਨੀਆਂ ਦੁਆਵਾਂ ਕਰਦੇ ਹੋ ਗੁਰਦੁਆਰੇ ਮੰਦਰਾਂ 'ਚ ਫਿਰਦੇ ਹੋ ਸਾਰੇ ਰਿਸ਼ਤੇਦਾਰ ਦੁਆਵਾਂ ਕਰਦੇ ਆ ਤੇ ਇਸੇ ਤਰ੍ਹਾਂ ਉਹ ਵੀ ਤੇ ਇੱਕ ਬਿਮਾਰ ਹੋ ਗਿਆ ਨਾ ਉਹਦੇ ਦਿਮਾਗ ਦੇ ਵਿੱਚ ਇੱਕ ਦੀਮਕ ਲੱਗ ਗਿਆ ਨਾ ਤਾਂ ਉਹਨੂੰ ਬਚਾਉਣ ਲਈ ਜਦੋਂ ਅਸੀਂ ਉਹਦੇ ਵੱਲ ਵਧਾਂਗੇ ਅਸੀਂ ਉਹਨੂੰ ਪਿਆਰ ਦੇਵਾਂਗੇ ਤਾਂ ਹੀ ਉਹ ਛੱਡੇਗਾ ਅਸੀਂ ਉਹਨੂੰ ਸਾਰਾ ਦਿਨ ਲਾਨਤ ਦਾ ਪਾਣਿਆ ਫਿਰ ਉਹਨੂੰ ਲੱਗਦਾ ਵੀ ਇਹ ਤਾਂ ਮੇਰੇ ਹੈ ਨਹੀਂ ਉੱਪਰ ਘਰੋਂ ਚੱਕ-ਚੱਕ ਸਮਾਨ ਵੀ ਵੇਚ ਦਿੰਦਾ ਵੀ ਇਹ ਸਮਾਨ ਕਿਹੜਾ ਫਿਰ ਮੇਰਾ ਤਾਂ ਉਹ ਉਲਟਾ ਦਿਨੋਂ ਦਿਨ ਇਹ ਜਿਹੜੀ ਕਾਉਂਸਲਿੰਗ ਆ ਨਾ ਮੈਡਮ ਇਹ ਮੈਂ ਉਸ ਪੇਸ਼ੀਐਂਟ ਦੀ ਕਦੀ ਨਹੀਂ ਕਰਦਾ ਨਸ਼ਾ ਕਰਨ ਵਾਲੇ ਦੀ ਮੈਂ ਉਹਦੇ ਪਰਿਵਾਰ ਦੀ ਕਰਦਾ ਮੇਰੇ ਨਾਲ ਸੋਫੇ ਤੇ ਸਾਰਾ ਪਰਿਵਾਰ ਬੈਠਾ ਹੁੰਦਾ ਜਦੋਂ ਫਿਰ ਮੈਂ ਪਰਿਵਾਰ ਦੀ ਕਾਉਂਸਲਿੰਗ ਕਰਦਾ ਫਿਰ ਉਹਨੂੰ ਇਕੱਲੇ ਨੂੰ ਬਿਠਾਉਣਾ ਫਿਰ ਉਹ ਇਕੱਲਾ ਬੈਠ ਕੇ ਨਾ ਜੀ ਉਹ ਗੱਲਾਂ ਦੱਸ ਕੇ ਜਾਂਦਾ ਹੈ ਪਰਿਵਾਰ ਦੀਆਂ ਤੇ ਫਿਰ ਫਿਰ ਉਹਦੇ ਪਰਿਵਾਰ ਨੂੰ ਮੈਂ ਦੱਸਦਾ ਵੀ ਇੱਥੇ ਫਸਿਆ ਤੁਹਾਡਾ ਬੱਚਾ ਹੂੰ ਨਸ਼ਾ ਇਦਾਂ ਛੱਡੂਗਾ ਜਦੋਂ ਫਿਰ ਉਹ ਕਹਿੰਦਾ ਗੁਇਲ ਸਾਹਿਬ ਮੈਂਡੂ ਤੁਸੀਂ ਦੱਸੋ ਕਿਵੇਂ ਕਰਦੇ ਹੋ ਮੈਂ ਨਸ਼ਾ ਛੱਡਣ ਨੂੰ ਤਿਆਰ ਹਾਂ ਪਰ ਇਹਨਾਂ ਨੂੰ ਸਿੱਧੇ ਕਰੋ ਉਹ ਇਦਾਂ ਬੋਲਦਾ ਹੁੰਦਾ ਮੈਂ ਕਹਿੰਦਾ ਵੀ ਮੈਂ ਕੋਈ ਸਿੱਧਾ ਕਰਨ ਵਾਲਾ ਨਹੀਂ ਇਹ ਆਪੇ ਸਿੱਧੇ ਨੇ ਤੂੰ ਅੱਜ ਹੀ ਛੱਡ ਤੂੰ ਮਨ ਬਣਾ ਤੈਨੂੰ ਮੇਰੀ ਸਾਡੀ ਜਿਹੜੀ ਦਵਾਈ ਆ ਪਹਿਲੇ ਦਿਨ ਤੋਂ ਜੇ ਇੰਨੀ ਕੁ ਵੀ ਤੋੜ ਲੱਗ ਜੇ ਤਕਲੀਫ ਹੋ ਜੇ ਤੈਨੂੰ ਨਸ਼ਾ ਛੱਡਣ 'ਚ ਕੋਈ ਦਿੱਕਤ ਆ ਜੇ ਤਾਂ ਉਹ ਸਾਡੀ ਜ਼ਿੰਮੇਵਾਰੀ ਹੈ ਜੇ ਤੂੰ ਮੈਨੂੰ ਕਹੂਗਾ ਕਿ ਗੁਇਲ ਸਾਹਿਬ ਨਸ਼ਾ ਛੁੱਟ ਜੂ ਗਰੰਟੀ ਹੈ ਮੈਂ ਕਹੂੰਗਾ ਨਹੀਂ ਇਹਦੀ ਗਰੰਟੀ ਤੂੰ ਲੈਣੀ ਆ ਮੈਂ ਗਰੰਟੀ ਇਸ ਗੱਲ ਦੀ ਲੈਣੀ ਹੈ ਕਿ ਦਵਾਈ ਪਿਓਰ ਆਯੁਰਵੈਦਿਕ ਹੈ ਜਿੱਥੇ ਮਰਜ਼ੀ ਚੈੱਕ ਕਰਾ ਲਓ ਇਹਨੂੰ ਤੇ ਦੂਜੀ ਚੀਜ਼ ਦਵਾਈ ਦੇ ਵਿੱਚ ਕੋਈ ਨਸ਼ਾ ਨਹੀਂ ਹੈ ਜਿੱਥੇ ਮਰਜ਼ੀ ਹੈ ਟੈਸਟਿੰਗ ਹੁੰਦੀ ਰਹਿੰਦੀ ਹੈ ਤੇ ਤੀਸਰੀ ਚੀਜ਼ ਜਿਹੜੀ ਆ ਸਭ ਤੋਂ ਵੱਡੀ ਉਹ ਤੈਨੂੰ ਨਾ ਕੋਈ ਤੋੜ ਲੱਗਣੀ ਨਾ ਤੈਨੂੰ ਕੋਈ ਨੀਂਦ ਆਉਣ ਦੀ ਪ੍ਰੋਬਲਮ ਨਹੀਂ ਆਉਣੀ ਕਿ ਮੈਨੂੰ ਨੀਂਦ ਨਹੀਂ ਆਉਂਦੀ ਨਾ ਹੀ ਤੈਨੂੰ ਕੋਈ ਤੇਰੇ ਮੈਰਿਡ ਲਾਈਫ ਦੇ ਵਿੱਚ ਕੋਈ ਦਿੱਕਤ ਆਵੇ ਤਾਂ ਤੇਰੀ ਜਿਹੜੀ ਹਰ ਪਾਸੇ ਉਹ ਲਾਈਫ ਜਿਹੜੀ ਆ ਉਹ ਸਮੂਥ ਹੋ ਜਾਣੀ ਆ ਤਾਂ ਨਸ਼ਾ ਛੱਡਣ ਦੇ ਵਿੱਚ ਤੈਨੂੰ ਦਿੱਕਤ ਨਹੀਂ ਪਹਿਲੇ ਦਿਨ ਤੋਂ ਤੇਰਾ ਨਸ਼ਾ ਬੰਦ ਕਰਾ ਦੇਣਾ ਔਰ ਤੇਰੀ ਬੱਦ ਤੋਂ ਬੱਦ 40 45 ਦਿਨ ਚਾਹੀ ਦਵਾਈ ਬੰਦ ਹੋ ਜਾਣੀ ਆ ਇਸ ਤਰ੍ਹਾਂ ਕਰਕੇ ਉਹਦਾ ਨਸ਼ਾ ਛੁੱਟ ਜਾਂਦਾ ਤੇ ਪੂਰੇ ਪਰਿਵਾਰ ਦੇ ਪਰਿਵਾਰ ਮੈਡਮ ਅੱਜ 3.5 ਲੱਖ ਤੋਂ ਉੱਪਰ ਪਰਿਵਾਰ ਨੇ ਜਿਹੜੇ ਮੇ ਸਰਚ ਲਾਉਂਡ ਚ ਕਾਮਯਾਬੀ ਹਾਸਲ ਕੀਤੀ ਹੈ ਔਰ ਔਰ ਇਸ ਟਾਈਮ 4000 ਤੋਂ ਵੱਧ ਪੰਜਾਬ ਦੇ ਵਿੱਚ ਮੁੰਡੇ ਜਿਹੜੇ ਯੰਗ ਮੁੰਡੇ ਜਿਨ੍ਹਾਂ ਨੇ ਨਸ਼ੇ ਛੱਡੇ ਨੇ ਮੈਡਮ ਉਹ ਮੇਰੇ ਵਲੰਟੀਅਰ ਦੀ ਤਰ੍ਹਾਂ ਕੰਮ ਕਰਦੇ ਆ ਔਰ ਕਹਿ ਦਿੰਦੇ ਆ ਵੀ ਗੁਇਲ ਸਾਹਿਬ ਜਿੱਥੇ ਕਹੋਗੇ ਉੱਥੇ ਖੜੇ ਹੋ ਜਾਵਾਂਗੇ ਜਿੱਦਾਂ ਤੁਸੀਂ ਕਹੋਗੇ ਉਦਾਂ ਕਰਾਂਗੇ ਕਿਉਂਕਿ ਉਹਨਾਂ ਨੂੰ ਮਤਲਬ ਅਸੀਂ ਇਕੱਲੇ ਨਸ਼ੇ ਹੀ ਨਹੀਂ ਚੜਾਏ ਜੀ ਨਾਲ ਰੋਜ਼ਗਾਰ ਵੀ ਦਿੱਤਾ ਉਹ ਪਹਿਲਾਂ ਨਸ਼ੇ ਵੇਚ ਕੇ ਆਪਦਾ ਗੁਜ਼ਾਰਾ ਕਰਦੇ ਸੀ ਹੁਣ ਉਹ ਮੇਰੀ ਦਵਾਈ ਵੇਚ ਲੈਂਦੇ ਆ ਆਪਣੇ ਆਪਸ ਦੇ ਵਿੱਚ ਲਿਜਾ ਕੇ ਇੱਕ ਦੂਜੇ ਨੂੰ ਕਿ ਮਤਲਬ ਯਾਰ ਇਹ ਇਧਰੋਂ ਮੈਂ ਛੱਡਿਆ ਤਾਂ ਤੂੰ ਵੀ ਛੱਡ ਮਤਲਬ ਇੱਕ ਦੂਜੇ ਦੀ ਹੁਣ ਉਹ ਹੈਲਪ ਹੋਣ ਲੱਗ ਗਈ ਕਿ ਜਿੱਥੇ ਉਹ ਨਸ਼ਾ ਆਦਾਨ ਪ੍ਰਦਾਨ ਕਰਦੇ ਸੀ ਉਹਨੂੰ ਮੈਡੀਸਨ ਦੇ ਥਰੂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਇੱਕ ਬਹੁਤ ਵੱਡਾ ਬਾਬਾ ਜੀ ਦਾ ਆਸ਼ੀਰਵਾਦ ਸਾਡੇ ਤੇ ਹੈਗਾ ਮਿਲਿਆ ਸਾਨੂੰ ਔਰ ਅਸੀਂ ਉਹਦਾ ਸ਼ੁਕਰਾਨਾ ਕਰਦੇ ਆਂ ਦੁਨੀਆ ਦੇ ਵਿੱਚ ਜਿਹੜਾ ਵੀ ਆਇਆ ਉਹਨੇ ਜਾਣਾ ਨਸ਼ੇ ਵੇਚਣ ਵਾਲਿਆਂ ਨੇ ਵੀ ਜਾਣਾ ਸਾਡੇ ਵਰਗਿਆਂ ਨੇ ਛੁਡਾਉਣ ਵਾਲਿਆਂ ਨੇ ਵੀ ਜਾਣਾ ਤੁਹਾਡੇ ਵਰਗਿਆਂ ਨੇ ਕਰਨ ਵਾਲਿਆਂ ਨੇ ਵੀ ਜਾਣਾ زندگی بہت خوبصورت ہے دوستو اگر ਇਹਨੂੰ ਚੰਗੀ ਤਰ੍ਹਾਂ ਜਿਉਣਾ ਚਾਹੁੰਦੇ ہو تا ایک بار ڈیسیژن ਲੈਣ ਦੀ ਲੋੜ ہے ایک بار ڈیسیژن لے لو ਵੀ ਅੱਜ ਤੋਂ نشਾ ਨਹੀਂ ਕਰਨਾ ਕੋਈ ਅਹਜਾ انسان ਨਹੀਂ ਜਿਹੜਾ ڈیسیژن ਲੈਣ ਤੋਂ ਬਾਅਦ ਕੋਈ ਉਹਨੂੰ ਪ੍ਰੋਬਲਮ ਆਈ ਹੋਵੇ ਜਾਂ ਕਹਿ ਦਿੰਦੇ ਨੇ ਕਈ ਵੀ میری ਲੱਤ ਖੜ ਗਈ ਬਾਹ ਖੜ ਗਈ ਜਿਹਹਜਾ ਕੁਝ ਹੋਇਆ ਹੁੰਦਾ ਫਿਰ ਮੇਰੇ ਵਾਲੇ ਦਲ ਤਾਂ ਬਹੁਤ ਲੰਗੜੇ ਪਿੰਗਲੇ ਫਿਰਦੇ ਹੁੰਦੇ ਕਿਉਂਕਿ ਇੰਨੇ ਲੋਕ ਛੜਾਏ ਨੇ ਕੁਝ ਨਹੀਂ ਹੁੰਦਾ ਬਿਲਕੁਲ ਬੋਝ ਨਾ ਪਾਉਤ ਬਿਲਕੁਲ ਬਹੁਤ ਹੀ اچھی ਗੱਲ ਕੀਤੀ ਤੁਸੀਂ ਡਾਕਟਰ ਸਾਹਿਬ ਤੁਸੀਂ ਦਵਾਈਆਂ ਦੇ ਨਾਲ 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 ਜਿਹੜਾ ਉਹਨਾਂ ਨੂੰ ਉਹਨਾਂ ਦੇ ਵਿਚਾਰ ਚੇਂਜ ਕਰਦੇ ਹੋ ਉਹਨਾਂ ਨੂੰ ਸਬੂਧੀ ਦਿੰਦੇ ਹੋ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜੇ ਹੁੰਦੇ ਨੇ ਜਿਹੜੇ ਦਵਾਈ ਦਿੰਦੇ ਆ ਉਹ ਕਦੀ ਵੀ ਉਹ ਚਾਹੁੰਦੇ ਕਿ ਉਹਨਾਂ ਦੀ ਅੱਗੇ ਦਵਾਈ बिकਦੀ ਰਹੇ बिकਦੀ ਰਹੇ ਤਾਂ ਮਤਲਬ ਉਹ ਚਾਹੇ ਸਾਲਾਂ ਤੱਕ ਉਹੀ ਨਸ਼ੇ ਚ ਹੀ ਰਹਿਣ ਇੱਕ ਮੈਥਲ ਹੋਰ ਚੀਜ਼ ਦੱਸਦਾ ਮੈਡਮ ਮੈਂ ਪਹਿਲਾ ਐਸਾ ਇਨਸਾਨ ਹੋਊਂਗਾ ਕਿ ਜਿਹੜਾ ਇਹ ਗੱਲ ਕਹਿੰਦਾ ਕਿ ਜੋ ਇਨਸਾਨ ਇਹ ਕਹਿੰਦਾ ਵੀ ਮੈਂ ਨਸ਼ਾ ਨਹੀਂ ਛੱਡਦਾ ਮੈਂ ਪਰਿਵਾਰ ਨੂੰ ਛੱਡ ਦੂੰ ਮੈਂ ਤੁਹਾਨੂੰ ਛੱਡ ਦੂੰ ਔਰ ਮੈਂ ਇਹ ਕਹਿੰਦਾ ਹੁੰਦਾ ਉਸ ਬਾਬਾ ਜੀ ਤੋਂ ਡਰ ਕੇ ਗੱਲ ਕਰਦਾ ਹੁੰਦਾ ਕਿ ਮੇਰੇ ਨਾਲ ਉਸ ਇਨਸਾਨ ਨੂੰ 15 ਮਿੰਟ ਬਿਠਾ ਦਿਓ ਮੇਰੇ ਕੈਬਨ ਚ 15 ਮਿੰਟ ਬਾਦੋ ਇਨਸਾਨ ਕਹੂਗਾ ਮੈਂ ਨਸ਼ਾ ਛੱਡੂਗਾ ਵਾਹ ਬਹੁਤ ਅੱਛੀ ਗੱਲ ਹੈ ਇੱਕ ਮਤਲਬ ਕਿ ਉਹਨੂੰ ਸਮਝਾਣ ਦੀ ਪੜਾਉਣ ਦੀ ਜਾਂ ਉਹਨੂੰ ਸਮਝਣ ਦੀ ਲੋੜ ਹੈ ਹਰ ਬੰਦਾ ਦੇਖੋ ਮੈਡਮ ਫਸਿਆ ਹੋਇਆ ਜਿਵੇਂ ਪੰਜਾਬੀ ਦੀ ਕਹਾਵਤ ਹੈ ਵੀ ਬਾੜ ਚ ਫਸਿਆ ਬਿੱਲਾ ਕੀ ਕਰੇ ਉਹ ਫਸਿਆ ਹੋਇਆ ਉਹਦੀ ਗਰਦਨ ਨੱਪੀ ਪਈ ਆ ਉਹਦਾ ਕੋਈ ਉਹਨੂੰ ਲੱਭਦੈ ਨਹੀਂ ਰਸਤਾ ਔਰ ਮੈਂ ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹਿ ਦਿੰਦਾ ਹਾਂ ਉਹਨਾਂ ਕਿ ਮੇਰੇ ਨਾਲ 15-20 ਮਿੰਟ ਬਿਠਾ ਦਿਓ ਉਸ ਤੋਂ ਬਾਅਦ ਤੁਹਾਡਾ ਬੱਚਾ ਕਹੂਗਾ ਮੈਂ ਨਸ਼ਾ ਛੱਡਣਾ ਔਰ ਐਸੇ ਤਰ੍ਹਾਂ ਸੀ ਕਾਮਯਾਬ ਹੋਇਆ ਨਸ਼ੇ ਛਡਾਉਣ 'ਚ ਬਾਕੀ ਰਹੀ ਗੱਲ ਜਿਹੜੀ ਸ਼ਰਾਬ ਛਡਾਉਣ ਦੀ ਹੈ ਸਿਰਫ ਇੱਕ ਐਸਾ ਨਸ਼ਾ ਸ਼ਰਾਬ ਹੈ ਜਿਹਨੂੰ ਸਿਰਫ ਬਿਨਾਂ ਦੱਸੇ ਛਡਾਇਆ ਜਾ ਸਕਦਾ ਹੈ ਬਾਕੀ ਹੋਰ ਕੋਈ ਨਸ਼ਾ ਐਸਾ ਨਹੀਂ ਹੈ ਜਿਹੜਾ ਬਿਨਾਂ ਦੱਸੇ ਛਡਾਇਆ ਜਾ ਸਕੇ ਉਹਦੇ ਲਈ ਅਸੀਂ ਹਮੇਸ਼ਾ ਤਾਂ ਹੀ ਕਹਿੰਦੇ ਰਹਿੰਦੇ ਹਾਂ ਕਿ ਕੋਈ ਵੀ ਨਸ਼ਾ ਕਰਦਾ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਦਾ ਅਗਰ ਛੱਡਣਾ ਚਾਹੁੰਦੇ ਹੋ ਤਾਂ ਪੱਕਾ ਮਨ ਬਣਾ ਕੇ ਸੰਪਰਕ ਕਰੋ ਔਰ ਉਹ ਵੀ ਬਿਨਾ ਤੋੜ ਬਿਨਾ ਤਕਲੀਫ ਘਰ ਬੈਠੇ ਬਿਠਾਏ ਕੋਈ ਟੈਨਸ਼ਨ ਨਹੀਂ ਐ ਨਸ਼ਾ ਛੁੱਟ ਜਾਣਾ ਜਿਵੇਂ ਬੁਖਾਰ ਆਇਆ ਸੀ ਉੱਤਰ ਗਿਆ ਬਿਲਕੁਲ ਬਹੁਤ ਹੀ ਸੋਹਣੀ ਗੱਲ ਕੀਤੀ ਹੈ ਤੁਸੀਂ ਤੇ ਮੈਨੂੰ ਪੂਰਾ ਯਕੀਨ ਹੈ ਕਿ ਜੇ ਲੋਗ ਇਹ ਇੰਟਰਵਿਊ ਦੇਖਣਗੇ ਤੇ ਉਹ ਜ਼ਰੂਰ ਕੋਸ਼ਿਸ਼ ਕਰਨਗੇ ਕਿ ਨਸ਼ਾ ਛੁੱਟੇ ਔਰ ਆਪਣੇ ਬੱਚਿਆਂ ਦੀ ਵੀ ਹੈਲਪ ਕਰਨਗੇ ਔਰ ਉਹਨਾਂ ਨੂੰ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਇਹ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਅਸੀਂ ਆਪਾਂ ਬੱਚੇ ਤੋਂ ਦੂਰ ਕਰਨੀ ਹੈ ਉਹ ਕੋਈ ਮਤਲਬ ਤੁਹਾਡਾ ਬੁਰਾ ਨਹੀਂ ਚਾਹੁੰਦੇ ਤੇ ਇਸ ਕਰਕੇ ਤੁਸੀਂ ਜ਼ਰੂਰ ਜੀ ਸੰਪਰਕ ਕਰੋ ਗੋਇਲ ਸਾਹਿਬ ਦੇ ਨਾਲ ਮੈਨੂੰ ਪੂਰਾ ਯਕੀਨ ਹੈ ਕਿ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਤੁਸੀਂ ਨਸ਼ਾ ਛੱਡਣ ਵਿੱਚ ਜ਼ਰੂਰ ਕਾਮਯਾਬ ਹੋਵੋਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ